ਕੈਨੇਡਾ ਜੀ ਨੂੰ, ਤੁਹਾਡੇ ਪਰਮ ਪਿਆਰੇ ਮਿੱਤਰ ਔਰ ਮਾਮਾ ਜੀ ਦੇ ਬੇਟੇ ਕੈਨੇਡਾ ਤੋਂ ਸਾਡੇ ਜੈਪੀ ਜੀ ਪੁੱਜੇ ਹੈ, ਆਪਾਂ ਬਹੁਤ ਬਹੁਤ ਧੰਨਵਾਦ ਕਰਾਂਗੇ ਉਹਨਾਂ ਦਾ। ਦੌਲਤ ਨਗਰ ਦੇ ਖੇਡ ਮੇਲੇ 'ਤੇ ਜੀ ਆਇਆਂ ਨੂੰ ਉਹਨਾਂ ਦਾ ਨਿੱਘਾ ਸਵਾਗਤ ਹੈ। ਜ਼ਿਲ੍ਹਾ ਅੰਮ੍ਰਿਤਸਰ ਆਪਣੇ ਸੁੱਖਾ ਵੀ ਪਹੁੰਚਿਆ ਹੋਇਆ ਘੁਗਸ਼ੋਰ ਵਾਲਾ, ਜਿਹੜਾ ਆਪਣੇ ਪਲੇਅਰ ਅੱਗੇ ਭਾਜੀ ਹੁਣਾਂ ਦਿੰਦਾ, ਹਾਂਜੀ ਤੁਹਾਨੂੰ ਤੁਹਾਡੀ ਟੀਮ ਲਈ। ਆਹੋ ਸਤਿ ਸ਼੍ਰੀ ਅਕਾਲ ਭਾਜੀ। ਪਰਵੇਜ ਜੀ ਸੁਰ ਸਿੰਘ ਚਬਾਲ ਤੋਂ, ਜਿਨ੍ਹਾਂ ਨੇ ਹੁਣੇ ਡੰਡ ਲਾ ਕੇ ਦਿਖਾਏ ਸੀ, ਉਹਨਾਂ ਦਾ ਵੀ ਜ਼ਰੂਰ ਮਾਨਦਾਨ ਕਰਨ ਦਰਸ਼ਕਾਂ ਨੂੰ ਬੇਨਤੀ ਹੈ। ਪਰਵੇਜ ਸਿੰਘ ਜੀ ਚਬਾਲ ਤੋਂ ਪੁੱਜੇ ਹੈ ਔਰ ਘੁਮਾਣਾ ਦੀ ਟੀਮ ਪੁੱਜੀ ਹੈ, ਗਿੰਦਾ ਘੁਮਾਣਾ ਵਾਲਾ, ਕਹਿੰਦੇ ਆ ਰਾਜੂ ਚੌੜੇ ਮਧਰੇ ਦਾ ਔਰ ਸੰਧਵਾਂ ਦਾ ਯੋਧਾ ਮੇਰੇ ਵੀਰਿਓ, ਕੱਸ ਕਲਾਂ ਦਾ, ਮਾਫ ਕਰਨਾ ਕੱਸ ਕਲਾਂ ਵਾਲਾ ਯੋਧਾ, ਜਿਹਦੀ ਅੱਜ ਕੱਲ੍ਹ ਕਹਿੰਦੇ ਪੂਰੀ ਹੈ ਚਰਚਾ, ਅੱਜ ਦੇ ਯੁੱਗ ਦਾ ਟੌਪ ਦਾ ਪਲੇਅਰ ਕੱਸ ਕਲਾ ਦਾ ਯੋਧਾ ਪੁੱਜਿਆ ਦੌਲਤ ਨਗਰ ਦੇ ਖੇਡ ਮੇਲੇ ਤੇ, ਸਵਾਗਤ ਹੈ। ਹੈਪੀ ਆਸਟਰੀਆ, ਹੈਪੀ ਸਕਾਟਲੈਂਡ ਔਰ ਹੈਪੀ ਆਸਟਰੀਆ ਸਾਡਾ ਵੀਰ ਜਸਬੀਰ ਦਾ, ਆਪਾਂ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਜਿਹੜੇ ਆਸਟਰੀਆ ਤੋਂ ਉਚੇਚੇ ਤੌਰ 'ਤੇ ਸਾਡੇ ਦਰਮਿਆਨ ਪੁੱਜੇ ਹੈ। ਹੈਪੀ ਸਕਾਟਲੈਂਡ ਦਾ, ਨਵਲ ਇਟਲੀ ਦਾ, ਸ਼ੀਸ਼ੋ ਇਟਲੀ ਦਾ, ਭੇਜੇ ਦਾ, ਸੰਧੂਰੀ ਦਾ, ਤਨੂ ਯੂ ਐਸ ਏ, ਬੱਲੀ ਜਰਮਨ ਔਰ ਸਾਰੇ ਉਹਨਾਂ ਵੀਰਾਂ ਦਾ, ਹੈਰੀ ਆਸਟ੍ਰੇਲੀਆ, ਸੋਨੂ ਹੋਲੈਂਡ, ਹਾਂਜੀ। ਸੱਜੇ ਹੱਥ ਬਾਬਾ ਨਾਮਦੇਵ ਕਲੱਬ ਘੁਮਾਣ ਨੌਰਥ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਵਿੱਚ ਇਹ ਟੀਮ ਜਿਹੜੀ ਹੈ, ਇਹ ਬਾਬਾ ਨਾਨਕਸਰ ਕਲੱਬ ਗੁਰਦਾਸਪੁਰ ਦੇ ਨਾਂ 'ਤੇ ਖੇਡਦੀ ਹੈ। ਸੱਜੇ ਹੱਥ ਬਖਸ਼ੀਸ਼ ਪੱਤਰ ਦੀ ਟੀਮ ਹੈ। ਪਹਿਲੀ ਕਬੱਡੀ ਬੈਰੋ ਕੇ ਪਿੰਡ ਦਾ ਜੰਪਲ ਰੂਪਾ ਪਹਿਲੀ ਕਬੱਡੀ ਪਾਉਂਦਾ। ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਕਿ ਅਗਲਾ ਮੈਚ ਸਟੇਜ ਤੋਂ ਅਨਾਊਂਸ ਕੀਤਾ ਜਾਵੇ ਕਿਹੜੀਆਂ ਟੀਮਾਂ ਨੇ ਖੇਡਣਾ। ਜਿਹੜੀ ਟੀਮ ਮੈਦਾਨ ਦੇ ਵਿੱਚ ਨਹੀਂ ਆਉਂਦੀ ਉਹਨੂੰ ਫਾਈਨ ਹੋਵੇਗਾ। ਕਿਰਪਾ ਕਰਕੇ ਪ੍ਰਬੰਧਕਾਂ ਨੂੰ ਮੈਂ ਬੇਨਤੀ ਕਰਦਾ ਕਿ ਅਗਲਾ ਮੈਚ ਅਨਾਊਂਸ ਕੀਤਾ ਜਾਵੇ ਸਟੇਜ ਤੋਂ। ਸਾਹਮਣੇ ਜੀਤਾ ਸੰਡੂ ਚੱਠੇ ਪਿੰਡ ਵਾਲਾ
ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸੰਧੂ ਚੱਠਾ ਪਿੰਡ ਹੈ, ਦੂਏ ਪਾਸੇ ਬਾਊ ਔਲਖ ਦਾ ਪੇਂਡੂ ਚਾਚੇ ਦਾ ਪੁੱਤ ਹੈ ਅੰਮ੍ਰਿਤ ਔਲਖ, ਜਿਹਨੇ ਨੰਦਾ ਚੌਰ ਦੇ ਕਬੱਡੀ ਕੱਪ ਦੇ ਵਿੱਚੋਂ ਮੋਟਰਸਾਈਕਲ ਜਿੱਤਿਆ। ਜਦੋਂ ਜੱਫਾ ਲਾਵੇਗਾ ਫਿਰ ਇਹਦੀ ਸ਼ੇਅਰ 'ਚ ਮੈਂ ਗੱਲ ਸੁਣਾਵਾਂਗਾ। ਪੁਆਇੰਟ ਰੇਡਰ ਦੇ ਖਾਤੇ ਵਿੱਚ ਜੁੜ ਗਿਆ। ਅਗਲੀ ਕਬੱਡੀ ਸ਼ੰਕਰ, ਕਹਿੰਦੇ ਨੇ ਕਿ ਘਰਿਆਲੇ ਦੇ ਵਿੱਚੋਂ ਇਹਨੇ ਮੋਟਰਸਾਈਕਲ ਜਿੱਤਿਆ ਜ਼ਿਲ੍ਹੇ ਤਰਨ ਤਾਰਨ ਦੇ ਵਿੱਚ, ਤਕੜਾ ਪਿੰਡ ਘਰਿਆਲਾ। ਜਦੋਂ ਰੇਡਾਂ ਪਾਈਆਂ ਸੀ ਹੋ ਗਈ ਹਾਲਾ ਲਾਲਾ, ਪੂੰਝਿਆ ਗਿਆ ਨਾ ਗੱਭਰੂ ਤੋਂ ਉਸ ਵੇਲੇ ਪਸੀਨਾ। ਸ਼ੰਕਰ ਪੁੱਤ ਹੈ ਸੰਧੂਆਂ ਦਾ, ਰੇਡਾਂ ਪਾਉਂਦਾ ਤਾਣ ਕੇ ਸੀਨਾ। ਪਰ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਜੁੜ ਚੁੱਕਾ ਹੈ। ਅਗਲੀ ਕਬੱਡੀ ਕੁਲਵਿੰਦਰ ਕਾਲੇ ਸੰਘਿਆਂ ਵਾਲਾ, ਕਾਲੇ ਸੰਘਿਆਂ ਵਾਲੇ ਘੋਦੇ ਦਾ ਛੋਟਾ ਵੀਰ, ਅਗਲੀ ਰੇਡ ਪਾਉਂਦਾ ਹੈ। ਚਾਰ ਜਾਫੀਆਂ ਦੀ ਘੁੰਮਦੀ ਹੋਈ ਚੈਨ, ਰਿੰਕੂ ਪਟਵਾਰੀ ਨਹੀਂ ਜੱਫਾ ਲਾ ਸਕਿਆ। ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਕਬੱਡੀ ਆ ਨੌਜਵਾਨ ਯੂਰਪ ਦੇ ਵਿੱਚ ਤਕੜਾ ਖੇਡ ਕੇ ਆਇਆ, ਜੱਗੇ ਦਿਓਲ ਹੋਰੀ, ਸਰਦਾਰ ਰਜਿੰਦਰਪਾਲ ਸਿੰਘ ਹੋਰੀ, ਜਸਪਾਲ ਸਿੰਘ ਜੀ ਤਾਰਪੁਰ, ਪਿੰਕਾ ਸ਼ੇਖੋ, ਜਿਨ੍ਹਾਂ ਨੇ ਯੂਰਪ ਖੜਿਆ ਅਤੇ ਫਿਰ NRI ਕਬੱਡੀ ਕਲੱਬ ਬੈਲਜੀਅਮ ਵੱਲੋਂ ਤਕੜੀਆਂ ਰੇਡਾਂ ਪਾ ਕੇ ਆਇਆ। ਰਾਜੂ ਚੌੜੇ ਮਧਰੇ ਵਾਲਾ, ਪਿੰਡ ਚੌੜੇ ਮਧਰੇ ਕਬੱਡੀ ਦੇ ਖਿਡਾਰੀਆਂ ਦਾ, ਜ਼ਿਲ੍ਹੇ ਗੁਰਦਾਸਪੁਰ ਦਾ ਅਖਬਾਵੇ, ਜਿੱਥੋਂ ਦਾ ਰਾਜੂ ਕਹਿੰਦੇ ਬੇਰ ਬੇਰ ਕੇ ਕਬੱਡੀਆਂ ਪਾਵੇ, ਰੱਬ ਨੇ ਇਹਨੂੰ ਨਿਮਰਤਾ ਦਿੱਤੀ, ਸਭ ਨੂੰ ਨਿਮਰਤਾ ਨਾਲ ਬੁਲਾਵੇ। ਚਹਾਨ ਯਾਰਾ ਚਮਕੀਲਾ ਸੱਚ ਲਿਖਦਾ, ਰਾਜੂ ਸਹੀਜੇ ਹੱਥ ਨਾ ਆਵੇ। ਚੌਹਾਨ ਜੀ ਪੁਆਇੰਟ। ਅਗਲੀਆਂ ਟੀਮਾਂ ਨੂੰ ਬੇਨਤੀ ਹੈ, ਮਾਲਵਾ ਕਬੱਡੀ ਕਲੱਬ ਸਮਰਾਲਾ, ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ, ਦੋਨੋਂ ਟੀਮਾਂ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਪਹੁੰਚ ਜਾਣ। ਮਾਲਵਾ ਕਬੱਡੀ ਕਲੱਬ ਸਮਰਾਲਾ ਅਤੇ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ, ਦੋਨੇ ਟੀਮਾਂ ਜਿਹੜੀਆਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆ ਜਾਵੇ। ਮਾਲਵਾ ਕਬੱਡੀ ਕਲੱਬ ਸਮਰਾਲਾ ਅਤੇ ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰ ਸਿੰਘ, ਅਗਲੀ ਕਬੱਡੀ ਪਾਉਣ ਦੇ ਲਈ ਖੇਡ ਕਬੱਡੀ ਦਾ ਫੇਮਸ ਖਿਡਾਰੀ ਹੈ, ਜ਼ਿਲ੍ਹੇ ਗੁਰਦਾਸਪੁਰ ਦੇ ਕੱਸਾਂ ਪਿੰਡ ਦਾ ਯੋਧਾ, ਅਗਲੀ ਰੇਡ ਪਾਉਂਦਾ ਹੈ। ਨੌਜਵਾਨ ਦਾ ਨਾਮ ਚੱਲਦਾ, ਰੇਡਾਂ ਤਕੜੀਆਂ ਮੈਦਾਨ ਵਿੱਚ ਪਾਈ ਜਾਂਦਾ, ਬਾਊ ਔਲਖੇ ਨੂੰ ਕਬੱਡੀ ਦੇ ਗੁਰ ਦੱਸਦਾ ਅਤੇ ਰਿੰਕੂ ਪਟਵਾਰੀ ਵੀ ਕੋਚਿੰਗ ਦੇ ਨਾਲ ਸਿਖਾਈ ਜਾਂਦਾ। ਕਦੀ ਮੋਟਰਸਾਈਕਲ ਜਿੱਤਦਾ ਅਤੇ ਕਦੀ LCD ਘਰ ਨੂੰ ਲਿਆਈ ਜਾਂਦਾ। ਚਹਾਨ ਯਾਰਾ ਜੋਧਾ ਕੱਸਾਂ ਵਾਲਾ ਬੱਲੇ ਬੱਲੇ ਕਰਵਾਈ ਜਾਂਦਾ। ਅਗਲੀ ਕਬੱਡੀ ਪਾਉਣ ਦੇ ਲਈ ਮੁੰਨਾ ਦਿਓਲ, ਖੋਜੇਵਾਲ ਪਿੰਡ ਹੈ ਕਪੂਰਥਲੇ ਜ਼ਿਲ੍ਹੇ ਦੇ ਵਿੱਚ, ਜਿਸ ਨੌਜਵਾਨ ਨੇ ਕਬੱਡੀ ਪਾਈ ਹੈ, ਸਾਹਮਣੇ ਭਰੀ ਹੈ ਬਗਲ, ਅੰਮ੍ਰਿਤ ਔਲਖ ਨਹੀਂ ਜੱਫਾ ਲਾ ਸਕਿਆ। ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ। ਅਗਲੀ ਕਬੱਡੀ ਰੂਪਾ, ਜਿਹਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬੈਰੋ ਕੇ ਪਿੰਡ ਹੈ, ਇਹ ਰੂਪੇ ਬੈਰੋ ਕੇ ਵਾਲੇ ਨੇ, ਅਗਲੀ ਕਬੱਡੀ ਪਾਈ ਹੈ, ਅੱਗੇ ਨੂੰ ਵਧਿਆ। ਇੱਕ ਪਾਸੇ ਅਮਨ ਪੱਤਰ ਹੈ, ਜਿਸ ਨੌਜਵਾਨ ਨੇ ਹੁਣ ਸਿੱਖੀ ਸਰੂਪ ਗ੍ਰਹਿਣ ਕਰਨ ਦਾ ਪ੍ਰਣ ਕੀਤਾ। ਜਿੰਦਰ ਸਿੰਧੜਾਂ ਵਾਲਾ ਨਹੀਂ ਜੱਫਾ ਲਾ ਸਕਿਆ। ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਅਗਲੀ ਕਬੱਡੀ ਜੀਤੇ ਦਾ ਸੰਧੂ ਚੱਠਾ ਪਿੰਡ ਹੈ ਕਪੂਰਥਲੇ ਜ਼ਿਲ੍ਹੇ ਦੇ ਵਿੱਚ, ਇਹ ਸੰਧੂ ਚੱਠੇ ਵਾਲਾ ਜੀਤਾ ਅਗਲੀ ਰੇਡ ਪਾਉਂਦਾ ਹੈ। ਜਵਾਨੀ ਕਬੱਡੀ ਖੇਡ ਕੇ ਛੂਕਦੀ ਏ ਜਿਵੇਂ ਕਿਸੇ ਸਾਗਰ ਦੀ ਸੱਲ ਹੁੰਦੀ, ਕੋਈ ਰੇਡਾਂ ਪਾ ਕੇ ਦਿਲ ਲੁੱਟੇ, ਕਿਤੇ ਜੱਫੇ ਲਾ ਕੇ ਧਰਤੀ ਮੱਲ ਹੁੰਦੀ, ਹੋਰ ਕਿਸੇ ਖੇਤਰ ਵਿੱਚ ਨਹੀਂ ਬਣਦੀ, ਜਿਵੇਂ ਕਬੱਡੀ 'ਚ ਬਣੀ ਉਹ ਪੰਜਾਬੀ ਦੀ ਭੱਲ ਹੁੰਦੀ। ਚਹਾਨ ਯਾਰਾ ਗਰਾਊਂਡਾਂ ਨੂੰ ਹੁਸਨ ਚੜ੍ਹਦਾ ਜਦੋਂ ਖੇਡ ਕਬੱਡੀ ਦੀ ਗੱਲ ਹੁੰਦੀ। ਅਗਲੀ ਕਬੱਡੀ ਆ ਨੌਜਵਾਨ ਸ਼ੰਕਰ, ਨੌਜਵਾਨ ਅਗਲੀ ਰੇਡ ਪਾਉਂਦਾ, ਆਹ ਨੌਜਵਾਨ ਵਧਿਆ ਅੱਗੇ ਨੂੰ, ਨੌਜਵਾਨ ਤੋਂ ਪੂੰਝਿਆ ਜਾਂਦਾ ਨਹੀਂ, ਡੁੱਲੇ ਪਿੰਡ ਪਿੰਡੇ ਵਿੱਚੋਂ ਪਸੀਨਾ। ਸ਼ੰਕਰ ਪੁੱਤ ਹੈ ਸੰਧੂਆਂ ਦਾ, ਰੇਡਾਂ ਪਾਉਂਦਾ ਤਾਣ ਕੇ ਸੀਨਾ, ਸ਼ੰਕਰ ਪੁੱਤ ਹੈ ਸੰਧੂਆਂ ਦਾ। ਅਗਲੀ ਟੀਮ ਮਾਲਵਾ ਸਮਰਾਲਾ ਵਰਸਜ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ, ਦੋਨੇ ਟੀਮਾਂ ਮੈਦਾਨ ਦੇ ਵਿੱਚ ਆ ਜਾਣ। ਹਾਫ ਟਾਈਮ ਤੋਂ ਪਹਿਲਾਂ ਆ ਬੰਟੀ ਮਧਰਿਆਂ ਵਾਲਾ, ਕਹਿੰਦੇ ਨੇ ਕਿ ਮਾਲਟਨ ਕਬੱਡੀ ਕਲੱਬ ਵੱਲੋਂ, ਸੇਵਾ ਸਿੰਘ ਰੰਧਾਵੇ ਵੱਲੋਂ, ਜੋਸ਼ ਬੁੱਟਰ ਵੱਲੋਂ, ਬਿੱਲੇ ਸ਼ੇਰਗਿੱਲ ਵੱਲੋਂ ਤਕੜੇ ਜੱਫੇ ਲਾ ਕੇ ਆਇਆ।
ਇਹ ਬੰਟੀ ਮਧਰਿਆਂ ਪਿੰਡ ਵਾਲਾ ਪੁਆਇੰਟ ਯਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਹਾਂਜੀ ਜਿਹੜੇ ਵਾਧੂ ਆ ਬਾਲ ਬਾਹਰ ਚਲੇ ਜਾਣ ਵਾਧੂ ਬਾਹਰ ਚਲੇ ਜਾਣ ਰਾਜੂ ਦੀ ਕਬੱਡੀ ਹੈ ਤਕੜਾ ਖਿਡਾਰੀ ਹੈ ਕਹਿੰਦੇ ਨੇ ਕਿ ਯੂਰਪ ਦੇ ਵਿੱਚ ਨੌਜਵਾਨ ਦਾ ਨਾਮ ਚੱਲਦਾ ਸਾਹਮਣੇ ਧੱਕੇ ਦੇ ਨਾਲ ਪੁਆਇੰਟ ਲੈ ਹੈ ਕੋਈ ਤੱਕੜ ਕਹਾਉਂਦਾ ਕੋਈ ਸ਼ੂਕਦਾ ਹੀ ਆਉਂਦਾ ਮੈਂ ਕਿ ਜਾਂਦੀ ਹੈ ਮੈਦਾਨਾਂ ਵਿੱਚ ਖਿੰਡ ਮਿੱਤਰੋ ਇਹ ਗੱਭਰੂ ਕਬੱਡੀ ਦੇ ਨੇ ਕਿੰਗ ਮਿੱਤਰੋ ਹਨੀ ਧਾਲੀਵਾਲ ਅਗਲੀ ਰੇਡ ਪਾਉਂਦਾ ਢਿਲਮਾਂ ਦੇ ਲਾਗੇ ਲਾਗੇ ਇੱਥੋਂ ਧਾਲੀਵਾਲ ਪਿੰਡ ਆ ਨੌਜਵਾਨ ਦਾ ਇਹ ਹਨੀ ਧਾਲੀਵਾਲ ਦੀ ਕਬੱਡੀ ਹੈ ਪਿੰਡੇ ਜੋ ਕਬੱਡੀ ਸਾਫ ਨਜ਼ਰੀ ਆ ਰਹੀ ਹੈ ਖੇਡ ਨਹੀਂ ਉਹ ਹੁੰਦਾ ਖਿਡਾਰੀ ਬਣ ਕੇ ਖੇਡਣੇ ਦੀ ਚੇਟਕ ਜੇ ਲੱਗੀ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਣ ਦਾ ਜੇ ਰੱਬ ਵੱਲੋਂ ਪਿੰਡੇ 'ਚ ਕਬੱਡੀ ਹੋਵੇ ਨਾ ਪੁਆਇੰਟ ਰੇਡਰ ਦੇ ਖਾਤੇ ਵਿੱਚ ਜੁੜ ਗਿਆ ਯੋਧਾ ਘੱਸਾਂ ਵਾਲਾ ਜਦੋਂ ਮਾਲਵੇ ਦੇ ਵਿੱਚ ਜਾਂਦਾ ਛੋਟੇ ਛੋਟੇ ਬੱਚੇ ਵੀ ਇਹਦੇ ਨਾਲ ਤਸਵੀਰਾਂ ਖਿਚਾਉਂਦੇ ਹੈ ਕਿ ਇਸ ਨੌਜਵਾਨ ਦਾ ਹੁਣ ਖੇਡ ਕਬੱਡੀ ਦੇ ਵਿੱਚ ਨਾਮ ਚੱਲਦਾ ਨਿੱਤ ਜੰਮਦੇ ਨੇ ਜੋ ਨਾ ਹੁੰਦੇ ਕਿਸੇ ਕੰਮ ਦੇ ਨਾਮੀ ਬੰਦੇ ਦੁਨੀਆਂ 'ਤੇ ਕਦੀ ਕਦੀ ਜੰਮਦੇ ਸਾਹਮਣੇ ਚਾਰ ਜਾਫੀਆਂ ਦੀ ਘੁੰਮਦੀ ਚੈਨ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਪੁਆਇੰਟ ਯੋਧੇ ਦੇ ਖਾਤੇ ਦੇ ਵਿੱਚ ਬਾਬਾ ਨਾਮਦੇਵ ਦੇ ਖਾਤੇ ਦੇ ਵਿੱਚ ਅਗਲੀ ਕਬੱਡੀ ਮੁੰਨਾ ਦਿਓਲ ਇਹਦਾ ਖੋਜੇਵਾਲ ਪਿੰਡ ਆ ਜਿੱਥੋਂ ਦੇ ਜੱਗੇ ਦਿਓਲ ਹੋਰੀ ਯੂਰਪ ਦੇ ਵਿੱਚ ਹਾਲੈਂਡ ਦੇ ਵਿੱਚ ਕਬੱਡੀ ਦੇ ਵੱਡੇ ਪ੍ਰਮੋਟਰ ਨੇ ਨੌਜਵਾਨ ਮੁੰਨਾ ਦਿਓਲ ਅਗਲੀ ਰੇਡ ਪਾਉਂਦਾ ਨੌਜਵਾਨ ਨੇ ਭਰੀ ਹੈ ਬਗਲ ਪਰ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਇਫ ਦੀ ਰੇਡਰ ਟੇਕ ਏ ਪੁਆਇੰਟ ਹੀ ਇਜ ਗਰੋਇੰਗ ਚੈਸਟ ਕਬੱਡੀ ਇਜ ਦੀ ਗ੍ਰੇਟ ਕਬੱਡੀ ਇਜ ਦੀ ਬੈਸਟ ਦਰਸ਼ਕੋ ਤਾੜੀਆਂ ਮਾਰ ਦਿਓ ਅੱਜ ਦੇ ਕਬੱਡੀ ਕੱਪ ਲਈ ਤਾੜੀ ਮਾਰ ਦਿਓ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਰੂਪਾ ਬੈਰੋਕੇ ਵਾਲਾ ਅਗਲੀ ਕਬੱਡੀ ਪਾਉਂਦਾ ਨੌਜਵਾਨ ਦਾ ਰਾਮ ਤੀਰਥ ਦੇ ਲਾਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬੈਰੋਕੇ ਪਿੰਡ ਹੈ ਇਸੇ ਜ਼ਿਲ੍ਹੇ ਦਾ ਨੌਜਵਾਨ ਹੈ ਨੌਜਵਾਨ ਦਾ ਨਾਮ ਚੱਲਦਾ ਲਗਾਤਾਰ ਕਬੱਡੀ ਪਾ ਰਿਹਾ ਨੌਜਵਾਨ ਆਹ ਨੌਜਵਾਨ ਜਿੰਦਰ ਸਿੰਧਣਾ ਵਾਲਾ ਸ਼ਾਹਕੋਟ ਦੇ ਲਾਗੇ ਸਿੰਧਣਾ ਪਿੰਡ ਹੈ ਨੌਜਵਾਨ ਦਾ ਜਿਸ ਏਰੀਏ ਦਾ ਪਾਲਾ ਜਲਾਲਪੁਰੀਆ ਮਸ਼ਹੂਰ ਹੈ ਉਸੇ ਏਰੀਏ ਦਾ ਜਿੰਦਰ ਬਖਸ਼ੀਸ਼ ਪੱਤੜ ਵੱਲੋਂ ਜੱਫੇ ਦੀ ਗੱਲ ਕਰਦਾ ਸੀ ਅਗਲੀਆਂ ਟੀਮਾਂ ਮਾਲਵਾ ਸਮਰਾਲਾ ਅਤੇ ਦੂਜੇ ਪਾਸੇ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਜੀਤਾ ਸੰਧੂ ਚੱਠਾ ਅਗਲੀ ਰੇਡ ਪਾਉਂਦਾ ਅੱਜ ਤੈਨੂੰ USA ਤੱਕਦਾ ਕਿ ਅੱਜ ਮੈਂ ਵੱਡੇ ਮਾਣ ਦਿੱਤੇ ਆ ਦੌਲੇ ਨੰਗਲ ਦੇ ਕਬੱਡੀ ਕੱਪ ਦੇ ਵਿੱਚ ਇੱਧਰ ਜੱਸ ਜੱਫੇ ਦੀ ਗੱਲ ਕਰਦਾ ਪਿੰਡ ਚੌੜੇ ਮਧਰੇ ਦਾ ਇੱਕ ਜੱਸ ਦੋਸਤੋ ਜਦੋਂ ਲੱਤਾਂ ਵਿੱਚ ਕੈਂਚੀ ਲੈਂਦਾ ਕੱਸ ਦੋਸਤੋ ਕਰਾ ਦੇਵੇ ਰੇਡਰ ਦੀ ਬੱਸ ਦੋਸਤੋ ਪਿੰਡ ਚੌੜੇ ਮਧਰੇ ਦਾ ਜੱਸ ਦੋਸਤੋ ਪੁਆਇੰਟ ਯਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਸ਼ੰਕਰ ਇਹ ਆ ਸ਼ੰਕਰ ਨੌਜਵਾਨ ਦੀ ਗੱਜ ਚੌੜੀ ਛਾਤੀ ਹੈ ਸੰਧਵਾ ਪਿੰਡ ਆ ਘੁਮਾਣ ਦੇ ਲਾਗੇ ਜਿੱਥੇ ਬਾਬੇ ਕਾਲੇ ਮਹਿਰ ਦੀ ਯਾਦ ਦੇ ਵਿੱਚ ਜੂਨ ਮਹੀਨੇ ਤਕੜਾ ਕਬੱਡੀ ਦਾ ਕੱਪ ਹੁੰਦਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਕੁਲਵਿੰਦਰ ਕਾਲੇ ਸਿੰਘਿਆਂ ਵਾਲਾ ਅਗਲੀ ਕਬੱਡੀ ਪਾਉਂਦਾ ਕੌਡੀ ਖੇਡ ਕੇ ਜਿਹਦਾ ਨਾਂ ਬਣ ਜਾਏ ਬਦਲ ਦਿੰਦੀ ਹੈ ਉਹਦੀ ਚਾਲ ਕੌਡੀ ਕਈ ਕੌਡੀ ਇੱਕ ਜਾਂ ਦੋ ਸਾਲ ਖੇਡਣ ਕਈ ਖੇਡਦੇ ਕਈ ਕਈ ਸਾਲ ਕੌਡੀ ਕਈਆਂ ਦੀ ਕਬੱਡੀ ਬੁੱਤਾ ਲਾਉਣ ਵਾਲੀ ਕਈਆਂ ਦੀ ਹੈ ਕਮਾਲ ਕੌਡੀ ਧੰਨਿਓ ਮਾਮਾ ਚਹਾਨ ਯਾਰਾ ਖੇਡਦੇ ਜਿਨ੍ਹਾਂ ਦੇ ਲਾਲ ਕੌਡੀ ਧੰਨਿਓ ਮਾਮਾ ਚਹਾਨ ਯਾਰਾ ਖੇਡਦੇ ਜਿਨ੍ਹਾਂ ਦੇ ਲਾਲ ਕੌਡੀ ਅਗਲੀ ਕਬੱਡੀ ਰਾਜੂ ਚੌੜਾ ਮਧਰਾ ਚੌੜੇ ਅਤੇ ਮਧਰੇ ਦੋ ਪਿੰਡ ਨੇ ਦੋ ਪਿੰਡ ਨੌਜਵਾਨ ਨੇ ਮਸ਼ਹੂਰ ਕਰ ਦਿੱਤੇ ਹੈ ਇਹ ਰਾਜੂ ਚੌੜੇ ਮਧਰੇ ਵਾਲੇ ਦੀ ਅਗਲੀ ਕਬੱਡੀ ਹੈ ਨੌਜਵਾਨੋ ਕਰੋ ਜੱਫੇ ਦੀ ਗੱਲ ਜੇ ਹੋਵੇ ਕਬੱਡੀ ਖੇਡਣੀ ਚਾਹੀਦੀ ਡੌਲਿਆਂ ਦੇ ਵਿੱਚ ਜਾਣ ਆਉਣ ਖਿਡਾਰੀ ਸ਼ੂਕ ਦੇ ਜਿਵੇਂ ਸਾਗਰਾਂ ਵਿੱਚ ਤੂਫਾਨ ਕੱਲੇ ਨੂੰ ਕੱਲਾ ਟੱਕਰੇ ਭਖਦਾ ਫੇਰ ਮੈਦਾਨ ਅੱਜ ਦੌਲੋ ਅੰਗਲ ਨੰਗਲ ਦਾ ਮੈਦਾਨ ਜਿਹੜਾ ਪੂਰੀ ਤਰ੍ਹਾਂ ਭਖ ਚੁੱਕਿਆ ਅਗਲੀ ਕਬੱਡੀ ਹਨੀ ਧਾਲੀਵਾਲ ਅਗਲੀ ਰੇਡ ਪਾਉਂਦਾ
अमृत औलखा वाला महान जाफी है, रिंकू पटवारी तजर्बेकार है, सामने पुठी कैंची केड़े नौजवान ने पाई आज मैं मुखरा नहीं दस्या है, नौजवान ने कैंची पाती है और पॉइंट जड़ा है ओ रेडर दे खाते दे हनी धालीवाल हनी पंडाल दोने वाला हनी नहीं जफा ला सके है। पॉइंट रेडर दे खाते दे जुड़ गया है। अगली कबड्डी आ नौजवान ए आ नौजवान योदा, तू फैन है धोनी दा, मैं फैन है तेनू दसांगा, मैं फैन है उसका वे जिहड़ा योदा पिंड कसां दा, मैं फैन है उसका वे। अगलिया टीम मालवा समराला ते दूजे पासे दूजी टीम जल्दी तो जल्दी मैदान में आ जाना, बाबा बिधी चंद स्पोर्ट्स क्लब सुर सिंह ते मालवा समराला जल्दी तो जल्दी मैदान में आ जाना। मुन्ना देओल खोजे वालिया अगली कबड्डी पाउंदा है। एक पासे नौजवान अमृत आ नौजवान औलखा पिंड दा अमृत जिन्हें जफा लाता है इस वेले मैदान दे विच अमृत ने जफा लाए किवें बंदे नूं फड़ना इहनूं बाऊ औलख ने सिखाया है। नंदा चौर हुशियारपुर विचों नौजवान मोटरसाइकिल जित के लियाया है दर्शन सिंह औलख का पुत्र जहान यारा कबड्डी के मैदानों में छाया है। अगली कबड्डी रूपा बैरोके वाला अगली कबड्डी पाउंदा नौजवान ने बताया कदम रेड खरी कबड्डी विच तां पैंदी होवे पिंड च फुरती जे बाज वर्गी। सामने अमन पत्तड़ 2010 कनेडा दे खेड सीजन दा नंबर वन जाफी जफे दी गल करदा है। पॉइंट अमन पत्तड़ दे खाते दे विच जिन्हें हुणे हुणे ऐलान कीता है कि नौजवान सिखी सरूप दे विच आवेगा, केस नहीं कटावेगा, दाढ़ी नहीं कटावेगा, ओ सिखी जिहड़ी लाल किले दीआं कंधां च नजरी आ रही है, लाल किले ते अज भी चमक रहा रंग लाल लहू दीआं धारां दा, चमकौर गढ़ी दा सदका जां सरहंद दीआं दीवारां दा रंग सूहा सूहा होया ए मेरे वतन दीआं गुलजारां दा। शंकर संधु अगली रेड पाउंदा है। सामने अमन पत्तड़ फिर जफे दी गल करदा है। चक्किआ होया गिट्टा नौजवान लै गया हिक दे जोर दे नाल पॉइंट बल्ले बल्ले हो जांदी। नौजवान जद तान दा है सीना शंकर पुत है संधुआ दा बन गया कबड्डी दा नकीना शंकर पुत है संधुआ दा। सामने कुलविंदर इधर हनी पंडाल दोने वाला पुठी कैंची पाउण दे लई मशहूर है पर पॉइंट बाबा फकूड़ा स्पोर्ट्स क्लब पत्तड़ कलां दे खातर विच जुड़ गया है। इहदे नाल ही सरदार हरजीत सिंह जी लल कलां सरदार संदीप सिंह जी बताले वाले ऐलान करते हैं कि मैच का हाफ टाइम हो गया है। अगलिया टीम जिहड़ियां अजे तक मैदान दे विच नहीं आईयां एक पासे मालवा समराला दूए पासे बाबा बिधी चंद स्पोर्ट्स क्लब सुर सिंह दोनों टीम जिहड़ियां हाफ टाइम दे स्कोर इस तरह ने। बाबा नामदेव क्लब घुमाण 15.5 बाबा फगूड़ा क्लब रुड़की कला 13। मालवा समराला ते बाबा बिधी चंद स्पोर्ट्स क्लब सुर सिंह दोनों टीम जिहड़ियां जल्दी तो जल्दी खेड मैदान दे विच आ जाण। मालवा समराला ते बाबा बिधी चंद स्पोर्ट्स क्लब सुर सिंह दोनों टीम जिहड़ियां सामने मुन्ना देओल खोजे वालिया मुन्ना देओल अगली कबड्डी पाउंदा है। तकड़ा खिडारी है चार जाफियां दे विच बंटी अमृत औलख जस चौरे मदरे वाला आ मुकाबला हो गया है। नौजवान ने मारिया टच बंटी चौरे मदरे वाला जफे दी गल करदा हिक ताणी है कहिंदा नंग आ नौजवान ने बना लिया रस्ता
ਜਿਨ੍ਹਾਂ ਘਰਾਂ ਵਿੱਚ ਲੋਕੋ ਤੇਲ ਹੁੰਦੇ ਦੀਵੇ ਉਹਨਾਂ ਦੇ ਜਗਦੇ ਨੇ ਜਿਹੜੇ ਰਸਤਿਆਂ ਉੱਤੇ ਤੁਰ ਪੈਂਦੇ ਰਸਤਿਆਂ 'ਚੋਂ ਰਸਤੇ ਲੱਭਦੇ ਨੇ ਪੁਆਇੰਟ ਰੇਡਰ ਦੇ ਖਾਤਰ ਵਿੱਚ ਰਾਜੂ ਚੌੜੇ ਮਦਰੇ ਵਾਲਾ ਅਗਲੀ ਕਬੱਡੀ ਪਾਉਂਦਾ ਹੈ ਹਰ ਮਾਂ ਸੂਰਮਾ ਨਹੀਂ ਜੰਮ ਸਕਦੀ ਹਰ ਮਾਂ ਸੰਤ ਨਹੀਂ ਜੰਮ ਸਕਦੀ ਹਰ ਮਾਂ ਸ਼ਹੀਦ ਨਹੀਂ ਜੰਮ ਸਕਦੀ ਅਤੇ ਹਰ ਮਾਂ ਖਿਡਾਰੀ ਨਹੀਂ ਜੰਮ ਸਕਦੀ ਇਹ ਰਾਜੂ ਚੌੜੇ ਮਦਰੇ ਵਾਲਾ ਅਗਲੀ ਰੇਡ ਪਾਉਂਦਾ ਸਾਂਭਿਆ ਨੌਜਵਾਨੇ ਸਰੀਰ ਨੂੰ ਉੱਧਰ ਟੱਚ ਮਾਰਿਆ ਹੋ ਗਿਆ ਮੁਕਾਬਲਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਪੁਆਇੰਟ ਬਾਬਾ ਨਾਮਦੇਵ ਕਲੱਬ ਕਮਾਨ ਦੇ ਖਾਤੇ ਦੇ ਵਿੱਚ ਜੁੜ ਗਿਆ ਅੰਮ੍ਰਿਤ ਖੀਰਾਂ ਵਾਲੀ ਅਗਲੀ ਕਬੱਡੀ ਪਾਉਂਦਾ ਇਹ ਗੱਗੀ ਖੀਰਾਂ ਵਾਲੀ ਦਾ ਪੇਂਡੂ ਭਾਜੀ ਅੜਿੱਕਾ ਸਿੰਘ ਦਾ ਪੇਂਡੂ ਅਗਲੀ ਕਬੱਡੀ ਪਾ ਰਿਹਾ ਸਾਂਭਿਆ ਸਰੀਰ ਹੈ ਉਹਦਾ ਅੰਗ ਅੰਗ ਯਾਰੋ ਫਰਕਦਾ ਏ ਜਿਹੜਾ ਹੋਵੇ ਸ਼ੇਰ ਕਬੱਡੀ ਦਾ ਨੰਗੇ ਪਿੰਡੇ ਤੋਂ ਪਤਾ ਲੱਗ ਜਾਂਦਾ ਕਿਹੜਾ ਅਸਲੀ ਪਲੇਅਰ ਕਬੱਡੀ ਦਾ ਨੰਗੇ ਪਿੰਡੇ ਤੋਂ ਪਤਾ ਲੱਗ ਜਾਂਦਾ ਜੋਦਾ ਕੱਸਾਂ ਵਾਲਾ ਕੱਸਾਂ ਪਿੰਡ ਦੁਨੀਆ 'ਤੇ ਮਸ਼ਹੂਰ ਹੋ ਗਿਆ ਨੌਜਵਾਨ ਨੇ ਕਹਿੰਦੇ ਨੇ ਕਿ ਜਦੋਂ ਧੂਰੇ ਪਿੰਡ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ ਵਿੱਚ ਕਬੱਡੀ ਕੱਪ ਹੋਇਆ ਜਦੋਂ ਸੈਮੀ ਫਾਈਨਲ ਮੈਚ ਦੇ ਵਿੱਚ ਇਹਨੇ ਮੋਡੀਫਾਈ ਸਕੂਟਰ ਜਿੱਤਿਆ ਪੂਰੀ ਦੁਨੀਆ ਦੇ ਉੱਤੇ ਬੱਲੇ ਬੱਲੇ ਹੋਈ ਹੈ ਇਹ ਜੋਰਾ ਕੱਸਾਂ ਵਾਲਾ ਪ੍ਰਸਿੱਧ ਖਿਡਾਰੀ ਹੈ ਦੁਨੀਆ ਦਾ ਮਸ਼ਹੂਰ ਕਬੱਡੀ ਖਿਡਾਰੀ ਸਾਹਮਣੇ ਕਬੱਡੀ ਦੀ ਗੱਲ ਕਰਦਾ ਹੋਇਆ ਅਗਲੀਆਂ ਟੀਮਾਂ ਮਾਲਵਾ ਸਮਰਾਲਾ ਅਤੇ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਜੇ ਮੈਚ ਮੈਦਾਨ ਦੇ ਵਿੱਚ ਨਹੀਂ ਆਉਂਦੀਆਂ ਤਾਂ 2-2 ਹਜ਼ਾਰ ਰੁਪਈਆ ਜੁਰਮਾਨਾ ਹੋਵੇਗਾ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਅਤੇ ਮਾਲਵਾ ਸਮਰਾਲਾ ਟੀਮਾਂ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਆਉਣ ਜੇ ਚੱਲਦੇ ਮੈਚ ਦੇ ਵਿੱਚ ਨਹੀਂ ਆਉਂਦੀਆਂ ਤਾਂ 2-2 ਹਜ਼ਾਰ ਰੁਪਈਆ ਦੋਨਾਂ ਟੀਮਾਂ ਦਾ ਕੱਟਿਆ ਜਾਵੇਗਾ ਅਗਲੀ ਕਬੱਡੀ ਪਾਉਣ ਦੇ ਲਈ ਆਹ ਨੌਜਵਾਨ ਰੂਪਾ ਬੈਰੋਕੇ ਅਗਲੀ ਰੇਡ ਪਾਉਂਦਾ ਜਵਾਨੀ ਕਬੱਡੀ ਖੇਡ ਕੇ ਛੂਕਦੀ ਏ ਜਿਵੇਂ ਕਿਸੇ ਸਾਗਰ ਦੀ ਸੱਲ ਹੁੰਦੀ ਕੋਈ ਰੇਡਾਂ ਪਾ ਕੇ ਦਿਲ ਲੁੱਟੇ ਕਿਤੇ ਜੱਫੇ ਲਾ ਕੇ ਧਰਤੀ ਮੱਲ ਹੁੰਦੀ ਹੋਰ ਕਿਸੇ ਖੇਤਰ 'ਚੋਂ ਨਹੀਂ ਬਣਦੀ ਜਿਵੇਂ ਖੇਡ ਕਬੱਡੀ 'ਚ ਬਣੀ ਉਹ ਭੱਲ ਹੁੰਦੀ ਉਸ ਵੇਲੇ ਗਰਾਊਂਡਾਂ ਨੂੰ ਹੁਸਨ ਚੜ੍ਹਦਾ ਜਦੋਂ ਖੇਡ ਕਬੱਡੀ ਦੀ ਗੱਲ ਹੁੰਦੀ ਸਾਹਮਣੇ ਜਿੰਦਰ ਸਿੰਧੜਾ ਵਾਲਾ ਜੱਫੇ ਦੀ ਗੱਲ ਕਰਦਾ ਦੂਏ ਪਾਸੇ ਰੂਪਾ ਬੈਰੋ ਕੇ ਹੰਦਿਆਂ ਦੇ ਲਾਗੇ ਮੁਕਾਬਲਾ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਕਿਉਂਕਿ ਜੱਫਿਆਂ 'ਤੇ ਗੱਲ ਮੁੱਕਦੀ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫਿਆਂ 'ਤੇ ਮੁੱਕਣੀ ਹੈ ਜਿੰਨੇ ਜੱਫੇ ਜਿਹੜੀ ਟੀਮ ਵੱਧ ਲੱਗ ਲਾ ਜਾਂਦੀ ਹੈ ਉਹਨੇ ਨੰਬਰਾਂ ਨਾਲ ਜਿੱਤ ਜਾਂਦੀ ਹੈ ਮੁੰਨਾ ਦਿਓਲ ਅਗਲੀ ਰੇਡ ਪਾਉਂਦਾ ਖੋਜੇ ਵਾਲੀਆ ਮੁੰਨਾ ਦਿਓਲ ਸਾਹਮਣੇ ਜਸ ਚੌੜੇ ਮਦਰੇ ਵਾਲਾ ਨਹੀਂ ਜੱਫਾ ਲਾ ਸਕਿਆ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਸ਼ੰਕਰ ਸੰਧੂਆਂ ਦਾ ਨੌਜਵਾਨ ਅਗਲੀ ਰੇਡ ਪਾਉਂਦਾ ਸ਼ੰਕਰ ਸੰਧਵਾਂ ਵਾਲਾ ਮੋਟਰਸਾਈਕਲ 2 ਜਿੱਤ ਲਏ ਕਹਿੰਦੇ ਹੋਇਆ 1 ਮਹੀਨਾ ਸ਼ੰਕਰ ਪੁੱਤ ਹੈ ਸੰਧੂਆਂ ਦਾ ਰੇਡਾਂ ਪਾਉਂਦਾ ਤਾਣ ਕੇ ਸੀਨਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਚੁੱਕਾ ਹੈ ਅਗਲੀ ਕਬੱਡੀ ਅੰਮ੍ਰਿਤ ਖੀਰਾਂ ਵਾਲੀ ਅਗਲੀ ਰੇਡ ਪਾਉਂਦਾ ਇਹ ਅੰਮ੍ਰਿਤ ਦੀ ਕਬੱਡੀ ਹੈ ਖੇਡ ਨਹੀਂ ਹੁੰਦਾ ਖਿਡਾਰੀ ਬਣ ਕੇ ਜੇ ਮਨ ਵਿੱਚ ਖੇਡਣੇ ਦਾ ਚਾਅ ਹੋਵੇ ਨਾ ਸ਼ੌਕ ਬਿਨਾਂ ਕਦੇ ਨਹੀਂ ਉਹ ਜੱਫਾ ਲੱਗਦਾ ਸ਼ੌਕ ਬਿਨਾਂ ਕਦੇ ਰੇਡ ਪਾ ਹੋਵੇ ਨਾ ਕੋਈ ਫਾਇਦਾ ਨਹੀਂ ਉਹ ਲੀੜੇ ਲਾਉਣ ਦਾ ਜੇ ਮਿਹਰਬਾਨ ਬੰਦੇ 'ਤੇ ਖਦਾ ਹੋਵੇ ਨਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਤੈਨੂੰ USA ਵਾਰ ਵਾਰ ਫੋਨ ਕਰਦਾ ਕਿ ਕਿੱਥੇ ਕੁ ਪਹੁੰਚਿਆ ਕਬੱਡੀ ਕੱਪ ਅੱਜ ਆਪਣੇ ਪਿਤਾ ਕਸ਼ਮੀਰ ਸਿੰਘ ਭੁੱਲਾ ਦੀ ਯਾਦ ਦੇ ਵਿੱਚ ਜਿੱਥੇ 1,12,000 ਰੁਪਈਆ ਦਿੱਤਾ ਅਗਲੇ ਸਾਲ ਵੀ 1,00,000 ਅਤੇ 11,000 ਦੀ ਗੱਲ ਕਰੇਗਾ ਕਸ਼ਮੀਰ ਸਿੰਘ ਭੁੱਲੇ ਦਾ ਪੁੱਤਰ USA ਦੇ ਵਿੱਚ ਵੱਸਦਾ ਉੱਥੇ ਹੈਪੀ ਸਕਾਟਲੈਂਡ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਇੱਧਰ ਰਾਜੂ ਚੌੜੇ ਮਦਰੇ ਵਾਲਾ ਪੁਆਇੰਟ ਰੇਡਰ ਦੇ ਖਾਤਰ ਵਿੱਚ ਅਗਲੀਆਂ ਟੀਮਾਂ ਮਾਲਵਾ ਸਮਰਾਲਾ ਅਤੇ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਜਲਦੀ ਤੋਂ ਜਲਦੀ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਆਉਣ
ਹੈਪੀ ਅਸਟਰੀਆ ਜੀ ਕਿੱਥੇ ਕੁ ਬੈਠੇ ਆ ਉਹਨਾਂ ਨੂੰ ਜੀ ਆਇਆਂ ਆਖਾਂਗੇ। ਹੈਪੀ ਅਸਟਰੀਆ ਜੀ ਮਾੜੀ ਜੀ ਬਾਹਾਂ ਖੜੀ ਕਰ ਦਿਓ। ਹੈਪੀ ਅਸਟਰੀਆ ਜੀ ਬਹੁਤ ਵੱਡਾ ਮਾਣ, ਬਹੁਤ ਵੱਡਾ ਸਤਿਕਾਰ। ਲਵਲੀ ਡੁਬਈ ਜੀ ਉਹ ਵੀ ਇੱਥੇ ਪਹੁੰਚੇ ਆ। ਲਵਲੀ ਡੁਬਈ ਜੀ ਆਪਾਂ ਬਾਅਦ 'ਚ ਪਤਾ ਕਰਾਂਗੇ ਉਮਲ ਕਮੈਲ ਦੇ ਵਿੱਚ ਰਹਿੰਦੇ ਹੈ ਜਾਂ ਹਮੀਰੇ ਦੇ ਵਿੱਚ ਰਹਿੰਦੇ ਹੈ ਜਾਂ ਫਿਰ ਡੁਬਈ ਦੇ ਵਿੱਚ ਰਹਿੰਦੇ ਹੈ ਜਾਂ ਫਿਰ ਵੱਸਦੇ ਹੈ ਲਵਲਾਨ ਦੇ ਵਿੱਚ। ਮੰਨਾ ਕਨੇਡਾ ਜੀ ਅਤੇ ਪਵਿੱਤਰ ਕਨੇਡਾ ਜੀ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਦੀ ਟੀਮ, ਖੇਡ ਕਬੱਡੀ ਦਾ ਮਹਾਨ ਖਿਡਾਰੀ, ਭੂਸੇ ਕਲਾਂ ਪਿੰਡ ਦਾ ਜੰਪਲ ਜੱਗਾ ਨਾਲ ਹੀ ਸਾਜਨ ਸੋਹਲ, ਤੇਜਾ ਸਿੰਘ ਵਾਲੇ ਦਾ ਗੋਪੀ ਮਹਾਨ ਜਾਫੀ ਹੈ। ਇਕੱਲੇ ਇਕੱਲੇ ਗੱਲ ਦੀ ਇਕੱਲੇ ਇਕੱਲੇ ਨੌਜਵਾਨ ਦੀ ਗੱਲ ਜਿਹੜੀ ਆ ਹੋਣੀ ਹੈ। ਸਾਹਮਣੇ ਯੋਧਾ ਅਗਲੀ ਰੇਡ ਪਾਉਂਦਾ ਅਮਨ ਪੱਤਰ ਨੇ ਜੱਫਾ ਲਾਉਣ ਦਾ ਯਤਨ ਕੀਤਾ। ਇਹ ਆ ਯੋਧਾ, ਇਹ ਆ ਯੋਧਾ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ, ਪੁਆਇੰਟ ਯੋਧੇ ਦੇ ਖਾਤੇ ਦੇ ਵਿੱਚ ਜੁੜ ਚੁੱਕਾ ਹੈ। ਅਗਲੀ ਕਬੱਡੀ ਮੁੰਨਾ ਦਿਓਲ, ਇਹ ਆ ਮੁੰਨਾ ਦਿਓਲ ਅੱਗੇ ਨੂੰ ਵੱਧ ਚੁੱਕਾ ਹੈ। ਨੌਜਵਾਨ ਦੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਸੱਪ ਅਤੇ ਨਿਓਲ ਦੀਆਂ ਕਬੱਡੀ ਵਿੱਚ ਚੜ੍ਹਾਈਆਂ ਨੇ ਖੋਜੇ ਬਾਲ ਦੇ ਮੁੰਨੇ ਦਿਓਲ ਦੀਆਂ। ਸਾਹਮਣੇ ਬੰਟੀ ਮਦਰਿਆਂ ਵਾਲਾ ਜੱਫੇ ਦੀ ਗੱਲ ਕਰਦਾ ਹੈ। ਲੱਗ ਗਈ ਆ ਕੈਂਚੀ, ਅਤੇ ਕੈਂਚੀ ਜਿਹੜੀ ਆ ਖੇਡ ਕਬੱਡੀ ਦਾ ਸਿਖਰਲਾ ਦਾਅ ਹੈ। ਲੱਗੀ ਹੋਈ ਕੈਂਚੀ ਫਿਰ ਸੈਂਟਰਲ ਜੇਲ੍ਹ ਹੁੰਦੀ ਹੈ। ਬਗਾਨੇ ਪੁੱਤ ਜ਼ੋਰ ਲਵਾ ਕੇ ਬਿੱਲ ਸਿੱਟਦੇ ਨੇ ਚੱਕਲੇ ਦੇ ਉੱਤੇ ਜਿਵੇਂ ਰੋਟੀ ਬਿੱਲ ਹੁੰਦੀ ਹੈ। ਸ਼ੰਕਰ ਸੰਧੂ ਅਗਲੀ ਰੇਡ ਪਾਉਂਦਾ, ਇਹ ਸੰਧਵਾਂ ਵਾਲੇ ਸ਼ੰਕਰ ਦੀ ਅਗਲੀ ਰੇਡ। ਸਾਹਮਣੇ ਜੱਫੇ ਦੀ ਗੱਲ ਹੋ ਗਈ ਹੈ, ਲੱਗ ਗਈ ਆ ਕੈਂਚੀ, ਅਤੇ ਹੁਣ ਜਿਹੜੀ ਗੱਲ ਮੁਸ਼ਕਲ ਜੀ ਹੋਈ ਹੈ ਸ਼ੰਕਰਾ ਉੱਠ, ਕੋਈ ਗੱਲ ਨਹੀਂ ਨੌਜਵਾਨਾਂ, ਉਹੀ ਜਿੱਤ ਦੇ ਬਾਜੀ ਵਿੱਤ ਦੁਨੀਆ, ਜਿਹੜੇ ਜਿੱਤਣ ਲਈ ਬਾਜੀਆਂ ਹਾਰਦੇ ਨੇ ਉਹੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ, ਜਿਹੜੇ ਹਾਰਦੇ ਤਾਂ ਹੀ ਸਵੀਕਾਰਦੇ ਨੇ। ਜਿਵੇਂ ਕਿਸੇ ਨੇ ਕਿਹਾ ਕਿ ਬੰਦੇ ਬੰਦਿਆਂ ਤੋਂ ਭੱਜਦੇ ਨੇ, ਐਵੇਂ ਨਾ ਘਬਰਾ ਸੋਹਣਿਆ ਜੱਫੇ ਬੰਦਿਆਂ ਨੂੰ ਲੱਗਦੇ ਨੇ। ਜਿਹਨੇ ਮੈਦਾਨ ਦੇ ਵਿੱਚ ਆਉਣਾ ਉਹਨੇ ਜਿੱਤਣਾ। ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ, ਪਹਿਲਾਂ ਇਹ ਦੱਸੋ ਵੀ ਬਹਿਜਾ ਹੋ ਗਈ ਹੈ ਤਾਂ ਜੀ ਬੈਠਣਗੇ। ਤਾੜੀ ਮਾਰ ਦਿਓ ਇੱਕ ਵਾਰੀ ਕਬੱਡੀ ਕੱਪ ਲਈ, ਤਾੜੀ ਮਾਰ ਦਿਓ, ਕਿਉਂਕਿ ਬਾਜਾਂ ਵਾਲੇ ਪਾਤਸ਼ਾਹ ਨੇ, ਤੁਸੀਂ ਬਾਜਾਂ ਵਾਲੇ ਪਾਤਸ਼ਾਹ ਦੇ ਸਿੱਖ ਹੋ। ਬਾਜਾਂ ਵਾਲੇ ਨੇ ਤਾੜੀ ਮਾਰੀ ਸੀ ਚਮਕੌਰ ਸਾਹਿਬ ਦੇ ਵਿੱਚ, ਕਿਹਾ ਗੁਰਾਂ ਨੇ ਸਿੱਖਾਂ ਦਾ ਗੁਰੂ ਚੱਲਿਆ, ਚਮਕੌਰ ਗੜੀ ਚੋਂ ਨਿਕਲੇ ਮਾਰ ਤਾੜੀ, ਉੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ, ਸਿੱਖ ਪੰਥ ਦਾ ਬਣ ਗਈ ਸਤਿਕਾਰ ਤਾੜੀ, ਮੂਸਿਆਂ ਵਾਲਿਆ ਤਾੜੀ ਵੱਜਦੀ ਖੁਸ਼ੀ ਮੌਕੇ ਦਿੱਤੀ ਗੁਰਾਂ ਨੇ ਦੁੱਖ ਵੇਲੇ ਮਾਰ ਤਾੜੀ। ਤਾੜੀ ਮਾਰ ਦਿਓ ਇੱਕ ਵਾਰੀ, ਤਾੜੀ ਮਾਰ ਦਿਓ। ਸਾਹਮਣੇ ਰਾਜੂ ਲਗਾਤਾਰ ਕਬੱਡੀ ਪਾ ਰਿਹਾ, ਰਾਜੂ ਮਹਾਨ ਖਿਡਾਰੀ ਹੈ, ਇਹ ਕਿੰਦੇ ਦਾ ਵੀਰ, ਦੁਨੀਆ ਦਾ ਫੇਮਸ ਖਿਡਾਰੀ ਹੈ ਰਾਜੂ। ਸਾਹਮਣੇ ਨੌਜਵਾਨ ਨੇ ਇੱਕ ਤਾਣੀ ਹੈ, ਹਰ ਜਾ ਪਾਸੇ ਵੱਜਾ ਇੱਕ ਦੇ ਵਿੱਚ, ਹੰਧਿਆਂ ਦੇ ਲਾਗੇ ਮੁਕਾਬਲਾ ਬਿੰਦੂ ਮੇਘੋਵਾਲੀਆ ਨਹੀਂ ਜੱਫਾ ਲਾ ਸਕਿਆ, ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਜਾਫੀ ਦਾ ਮੇਘੋਵਾਲ ਪਿੰਡ ਹੈ। ਪੁਆਇੰਟ ਰੇਡਰ ਦੇ ਖਾਤੇ ਵਿੱਚ ਮਾਲਵਾ ਸਮਰਾਲਾ ਦੀ ਟੀਮ, ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆਵੇ ਮਾਲਵਾ ਸਮਰਾਲਾ ਦੀ ਟੀਮ। ਕੁਲਵਿੰਦਰ ਕਾਲੇ ਸੰਘਿਆ ਵਾਲਾ ਅਗਲੀ ਰੇਡ ਪਾਉਂਦਾ, ਮਾਰੀ ਆ ਥਾਪੀ, ਰੇਡ ਪੈਂਦੀ ਥਾਪੀ ਮਾਰ ਕੇ, ਪੈਂਦੀ ਤੁਰਨੀ ਬਾਂਕੀ ਤੋਰ, ਫਿਰ ਟੱਚ ਇੱਕ ਨੂੰ ਮਾਰ ਕੇ ਕੱਟਣਾ ਹੰਧਿਆਂ ਵੱਲ ਨੂੰ ਮੋੜ, ਜੇ ਪੁਆਇੰਟ ਰੇਡਰ ਲੈ ਜਾਵੇ ਗੱਲ ਹੋ ਜਾਏ ਹੋਰ ਤੋਂ ਹੋਰ, ਜੇ ਹੋਵੇ ਕਬੱਡੀ ਖੇਡਣੀ ਚਾਹੀਦਾ ਬਾਹਾਂ ਦੇ ਵਿੱਚ ਜ਼ੋਰ। ਯੋਧਾ ਅਗਲੀ ਕਬੱਡੀ ਪਾਉਣ ਦੇ ਲਈ, ਯੋਧਾ ਕੱਸਾਂ ਵਾਲਾ ਯੋਧਾ ਫੇਰ ਕਬੱਡੀ ਪਾਉਂਦਾ ਹੋਇਆ, ਲਗਾਤਾਰ ਕਬੱਡੀਆਂ ਪਾ ਰਿਹਾ, ਕੋਈ ਪਾਵੇ ਇੱਕ ਜਾਂ ਦੋ ਰੇਡਾਂ, ਕਈਆਂ ਦੀਆਂ ਪੈਂਦੀਆਂ ਰਹਿਣ ਰੇਡਾਂ, ਕਈ ਪਾਉਂਦੇ ਰੇਡਾਂ ਹੌਲੀ ਹੌਲੀ, ਕਈ ਪਾਉਂਦੇ ਬਣ ਕੇ ਹਵਾਵਾਂ ਦੇ ਬਹਿਣ ਰੇਡਾਂ, ਗੂੰਜ ਵਿੱਚ ਅਸਮਾਨ ਦੇ ਪੈਣ ਲੱਗਦੀ ਯਾਰੋ ਜਾਫੀ ਨੂੰ ਬਾਏ ਬਾਏ ਕਹਿਣ ਰੇਡਾਂ, ਚਹਾਨ ਯਾਰ ਦੀ ਉਹ ਦੁਆ ਰੱਬਾ, ਦੌਲੋ ਨੰਗਲ ਦੀ ਧਰਤੀ 'ਤੇ ਹਰ ਸਾਲ ਹੀ ਪੈਂਦੀਆਂ ਰਹਿਣ ਰੇਡਾਂ। ਮੁੰਨਾ ਦਿਓਲ ਅਗਲੀ ਕਬੱਡੀ ਪਾਉਂਦਾ, ਖੋਜੇ ਵਾਲੀਆ ਮੁੰਨਾ ਦਿਓਲ। ਸਾਹਮਣੇ ਮੁਕਾਬਲਾ ਹੋ ਗਿਆ, ਨੌਜਵਾਨ ਹਨੀ ਪੰਡਾਲ ਦੋਨੇ ਵਾਲਾ
कपूरथलिया नौजवान हिक ताणदा है पर मुन्ना दियोल बाबा फुगूड़ा स्पोर्ट्स क्लब पत्तड़ कलां दे लई पॉइंट जोड़दा होया है। अगलिया टीम मालवा समराला ते बाबा बिरी चंद स्पोर्ट्स क्लब सुरसंग शंकर यह शंकर संधुआ का मुंडा है बड़ी रूह दे नाल मापिया ने पुत पालिया ये पुत हटा ते नहीं बिकदे तू लभ दी फिरे बाजार कुड़े ए देन है मेरे दाते दी जिन्हू कहिंदे ने करतार कुड़े ये पुत हटा ते नहीं बिकदे। पॉइंट रेडर दे खाते दे विच जुड़ गया बड़ी रूह दे नाल ये पुत पाले जांदे है ये बड़े औखे बन जाए गली बाती दे कड़ा सारे कर लेंदे पुत पालने लोको बड़े औखे पुत पालने लोको बड़े औखे जफर जालने लाड़ लई पैण सदा जफर जालने लोको बड़े औखे गली बाती दे कड़ा सारे कर लेंदे पुत पालने लोको बड़े औखे। राजू चौड़े मदरे वाला गुरदासपुरिया नौजवान अगली कबड्डी पाउंदा है कहिंदे ने कि जर्मन दे विच भी तगड़ा खेडिया है इटली विच भी तगड़ा खेडिया है बेलजियम विच भी तगड़ा खेडिया है एन आर आई कबड्डी क्लब बेलजियम वालों चरणजीत सिंह बरनाले होरां दी टीम वालों जीते बाबे होरां दी टीम वालों तगड़िया कबड्डिया पा के आया है। पॉइंट रेडर के खाते विच जुड़दा होया है अगली कबड्डी कुलविंदर काले संघिया वाला अगली रेड पाउंदा है यासियां दे विच अमृत खीरां वाली और नौजवान ने पट्टिया खुच पॉइंट रेडर के खाते दे विच पॉइंट जुड़ गया मेरे वीडियो बाबा फगूड़ा कबड्डी क्लब पत्तड़ कलां दे खाते दे विच। अगली कबड्डी योदा नौजवान ने नाई की जी दुकान ते जाके बालों का स्टाइल बनाया ते एन खुच दे उत्ते तारा खनवाया नाई दे कोलों कि तारा अंबरां ते कोई कोई ए तू साडे फिरे हंझू पूंजदा अख तेरी भी रोई हुई है ये योदा रेड पाउंदा एक पासे जिंदर है नाल ही गभरू नौजवान प्रदीप मन्नन दोने वाला आ जिंदर दे नाल मुकाबला हो गया है। पॉइंट योदे दे खाते दे विच योदा नहीं रुकदा ये दुनिया नहीं कमजोरां दी ये जगत नहीं बीमारां दा इहदे नाल ही इक कबड्डी दा मुन्ना देल आ नौजवाना कबड्डी अंत पल ने दसी मेरे वीरिया कौन जितया ते कौन हारिया दसी मेरे वीरिया हां जी स्कोर दसे जा रही मैच समाप्त है मैच समाप्त है बाबा नामदेव कबड्डी क्लब कमाणा की टीम के अंक ने 28